ਅੱਜ ਆਪਣੇ ਬੇਟੇ ਜਵੇਦ ਦੀ ਫਰਮਾਇਸ਼ ਮੈਂ ਆਖਿਆ ਪੂਰੀ ਕਰ ਦਈਏ। ਉਹਨੇ ਤਾਂ ਥੋੜ੍ਹੀ ਜਿਹੀ ਆਖੀ ਸੀ ਤਾਂ ਅਸੀਂ ਜਰਾ ਕੁ ਵੱਡੀ ਕਰਕੇ ਪੇਸ਼ ਕਰਨੇ ਹਾਂ ਕਲਾਮ ਮੀਆਂ ਮੁਹੰਮਦ ਬੂਟੇ ਦਾ, ਹੋਰ ਵੀ ਸੱਜਣਾ ਦੀ ਫਰਮਾਇਸ਼ ਹੈ। ਅਤੇ ਭਾਈ ਰਿਆਜ਼ ਉਹਨੂੰ ਹਾਜੀ ਬਾਬਰ ਨੂੰ ਇੱਥੇ ਕੋਲ ਲਿਆ ਕੇ ਅਤੇ ਲਾ ਕੇ ਸੁਣਾਈ ਨਾ, ਆਪਣੇ ਕੋਲ ਲੈ ਵੀ ਲੰਬੜਦਾਰ ਹੈ ਆਪਣਾ ਭਾਈ ਸ਼ਰੀਫ ਜਵੇਦ, ਤੇਰਾ ਵੀ ਸ਼ੇਰ ਬੋਲਾਂ ਦੇ ਵਿੱਚ। ਭਾਈ ਆ ਸਦੀਕ, ਭਾਈ ਆ ਬਸ਼ੀਰ, ਅੱਲਾ ਪਾਕ ਉਹਨੂੰ ਸਿਹਤ ਦੇ ਵੇ। ਉਹ ਹੁਣ ਸਟੈਂਡਾਂ ਨਾਗਾਂ ਪਿਛਾ ਹੁੰਦਾ, ਅੱਲਾ ਪਾਕ ਉਹਨੂੰ ਸਿਹਤ ਦੇ। ਕਾਰੀ ਸਾਹਿਬ ਸੁਣਦੇ ਪਏ ਹੋ? ਆਪਣਾ ਕੀ ਨਾਂ ਸੀ ਉਹ ਭਿੰਡਰ ਸਾਹਿਬ ਵਿਹਾੜੀ ਤੋਂ, ਉਹ ਵੀ ਯਾਦ ਕਰਦੇ ਸਨ। ਉਹ ਕਹਿੰਦਾ ਵੀ ਅਸੀਂ ਗੱਡੀ ਉਹ ਲਾ ਕੇ ਸੁਣਨਾ ਕਰਨਾ। ਭਿੰਡਰ ਸਾਹਿਬ ਸੁਣਦੇ ਹੋ ਵੀ ਤੁਸੀਂ ਵੀ, ਬਾਕੀ ਵੀ ਸਾਰਿਆਂ ਸੁਣਨ ਆਇਆਂ ਨੂੰ ਮੇਰੀ ਤਰਫੋਂ ਅਸਲਾਮ ਅਲੈਕਮ। ਅਤੇ ਇਹ ਆਪੋ ਆਪਣੇ ਇਲਾਕਿਆਂ ਦੀ ਬੋਲੀ ਹੁੰਦੀ ਹੈ, ਥੋੜ੍ਹਾ ਫਰਕ ਹੁੰਦਾ। ਗੁਜਰਾਤ, ਸਿਆਲਕੋਟ, ਮੰਡੀ, ਫਾਲੀਆ, ਪਿੰਡੀ, ਆਪਣੇ ਆਪਣੇ ਇਲਾਕਿਆਂ ਦੇ ਥੋੜ੍ਹਾ ਥੋੜ੍ਹਾ ਫਰਕ ਪੰਜਾਬੀ ਵਿੱਚ ਆ ਜਾਂਦਾ। ਇਸੇ ਤਰ੍ਹਾਂ ਸਰਦਾਰਾਂ ਦੀ ਬੋਲੀ ਵਿੱਚ ਵੀ ਫਰਕ ਆਉਂਦਾ। ਆਇਆ ਸੀ, ਅਗਲੇ ਦਿਨ ਗੱਲਬਾਤ ਹੋਈ ਸੀ ਉਹ ਸਰਦਾਰ ਨਾਲ, ਅਤੇ ਉਹ ਸਰਦਾਰਿਆਂ ਸਾਰਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਕਰਨਾ ਵਾ ਇਸ ਵਾਸਤੇ ਵੀ ਚਲੋ ਉਹ ਚਾਅ ਸ਼ੌਕ ਰੱਖਦੇ ਨੇ ਸੁਣਨ ਵਾਸਤੇ। ਅਤੇ ਸਾਰਿਆਂ ਤੋਂ ਪਹਿਲਾਂ ਰਬਾਈ ਆਪਣੇ ਬੇਟੇ ਆਬਦ ਦੀ, ਅੱਲਾ ਪਾਕ ਉਹਨੂੰ ਸਿਹਤ ਦੇ, ਤੰਦਰੁਸਤੀ ਦੇ, ਆਪਣੇ ਪਿਆਰੇ ਮਹਿਬੂਬ ਦੇ ਸਦਕੇ। ਅਤੇ ਨਾਂ ਸਾਰਿਆਂ ਦੇ ਤਾਂ ਨਹੀਂ ਵੀ ਯਾਦ ਰਹਿੰਦੇ, ਬਾਜਵਾ ਸਾਹਿਬ ਕਿਸੇ ਦਾ ਨਾਂ ਭੁੱਲ ਵੀ ਜਾਂਦਾ। ਅਬਦੁਲ ਸ਼ਕੂਰ, ਅੱਲਾ ਪਾਕ ਉਹਨੂੰ ਵੀ ਖੁਸ਼ ਰੱਖੇ, ਅਗਲੇ ਦਿਨ ਆਇਆ ਸੀ। ਤੇ ਜੇ ਮੈਂ ਵੇਖਾਂ ਤਾਂ ਵੇਖੇ ਨਹੀਂ, ਉਹ ਜੇ ਮੈਂ ਨਾ ਵੇਖਾਂ ਤਾਂ ਵੇਖੇ, ਉਹ ਕਿੱਥੋਂ ਐਡੀ ਕਿਸਮਤ ਲਿਆਵਾਂ, ਉਹ ਮੇਰੇ ਵੇਖਣ ਦੇ ਵਿੱਚ ਵੇਖੇ। ਤੇ ਯਾਰ ਤੇਰੇ ਅੰਦਰ ਰਹਿੰਦਾ, ਉਹ ਤੈਨੂੰ ਐਵੇਂ ਭੈਣ ਭੁਲੇਖੇ, ਯਾਰ ਫਰੀਦਾ ਬੂਏ ਯਾਰ ਦੇ ਮਰੀਏ, ਉਹ ਵੇਖੇ ਯਾਰ ਨਾ ਵੇਖੇ। ਤੇ ਨਹੀਂ ਆਇਆ ਮੇਰਾ ਦਿਲ ਬਰਮਾਹੀ, ਉਹ ਐਵੇਂ ਬੋਲਣਾ ਝੂਠਿਆ ਕਾਵਾਂ, ਤੂੰ ਝੂਠਾ ਤੇਰਾ ਬੋਲ ਵੀ ਝੂਠੇ, ਉਹ ਤੈਨੂੰ ਤਾੜੀ ਮਾਰ ਉਡਾਵਾਂ। ਤੇ ਜੇ ਪੱਕੀ ਖਬਰ ਮਿਲਣ ਦੀ ਦੇਵੇਂ, ਤੇ ਤੈਨੂੰ ਕੁੱਟ ਕੁੱਟ ਚੂਰੀਆਂ ਪਾਵਾਂ, ਆ ਸਰਦਾਰ ਕਰ ਜਾ ਦੀਦਾਂ, ਉਹ ਕਿਤੇ ਰੋਂਦੀ ਨਾ ਮਰ ਜਾਵਾਂ। ਠੀਕ ਹੋ ਗਿਆ ਕਾਰੀ ਸਾਹਿਬ? ਹੁਣ ਕਲਾਮ ਮੀਆਂ ਮੁਹੰਮਦ ਬੂਟੇ ਦਾ ਜਵੇਦ ਦੀ ਫਰਮਾਇਸ਼ 'ਤੇ ਇੱਕ ਸ਼ੇਰ ਦੀ ਸੀ, ਅਤੇ ਨਾਲ ਫਿਰ ਅਸਾਂ ਕੋਈ ਸ਼ੇਰ ਕੋਲੋਂ ਲਾ ਲੈਂਦੇ, ਚਲੋ ਉਹਨਾਂ ਦਾ ਵੀ ਦਿਲ ਖੁਸ਼ ਹੋ ਜਾਏਗਾ। ਅਤੇ ਭਾਈ ਅਸਗਰ ਹੁੰਦਾ ਸਾਡਾ ਗੋਂਦਲ ਕਰਾਚੀ, ਬੜਾ ਪੁਰਾਣਾ ਗਵੱਈਆ, ਕਿੰਗ ਚੰਗੀ ਵਜਾਉਂਦਾ, ਗਾਉਂਦਾ ਚੰਗਾ। ਅਤੇ ਉਹਨੂੰ ਆਖਿਆ ਸੀ ਮੁਹੰਮਦ ਬੂਟੇ ਦਾ ਕੋਈ ਕਲਾਮ ਤੋੜੀ, ਅਤੇ ਉਹਨੇ ਫਿਰ ਸ਼ੇਰ ਤੋੜੇ ਸਨ। ਅਤੇ ਸੁਣਦਾ ਪਿਆ ਅਸਗਰ ਵੀ ਕਿਹੜਾ ਮੁਹੰਮਦ ਰਜ਼ਾਕ, ਅੱਲਾ ਪਾਕ ਉਹਨੂੰ ਵੀ ਖੁਸ਼ ਰੱਖੇ, ਸਾਰਿਆਂ ਸੁਣਨ ਵਾਲਿਆਂ ਨੂੰ ਆ ਮੇਰੀ ਤਰਫੋਂ ਸਲਾਮ। ਇਸ ਵਾਸਤੇ ਵੀ ਨਾ ਸਾਰਿਆਂ ਦੇ ਵਕਤੀ ਤੌਰ ਨਹੀਂ ਵੀ ਲੈਣ ਹੁੰਦੇ। ਅਤੇ ਮੀਆਂ ਮੁਹੰਮਦ ਬੂਟਾ ਲਿਖਦਾ, ਬਾਜਵਾ ਸਾਹਿਬ ਗੌਰ ਕਰਿਓ, ਦਾਲ ਦਰ ਸੁਪਰੇ ਪ੍ਰੀਤ ਵਾਲੇ
ਉਲਫਤ ਅਲਫ ਦੀ ਵਿੱਚ ਅਰਾਨ ਡਿੱਠੇ ਤੇ ਲੰਮਾ ਇਲਮੇ ਪੱਟੀਆਂ ਅਮਲ ਬਾਜੂ ਔਰ ਨੁਕਦੇ ਨਾਮ ਦੇ ਤੇ ਕੁਰਬਾਨ ਡਿੱਠੇ ਇਸਮ ਅੱਲਾ ਦਾ ਬੂਟਿਆ ਯਾਦ ਕਰਕੇ ਅੱਠੇ ਪੈਰ ਵਿੱਚ ਸਤਿਆਨ ਡਿੱਠੇ ਤੇ ਲਾਲ ਜ਼ਰਾ ਨਾ ਆਮ ਦੀ ਸਮਝ ਮੁੱਲਾ ਔਰ ਤੇਰਾ ਇਲਮ ਤੇ ਵਾਜ ਗੁਲਾਮ ਵਾਲੀ ਔਰ ਰੱਖ ਠੱਪ ਗਤਾਬ ਸ਼ਤਾਬ ਅਥੂ ਉਹ ਕਰ ਸਿਫਤ ਕੋਈ ਯਾਰ ਦੇ ਨਾਮ ਵਾਲੀ ਤੇ ਅਸਾਂ ਇਸ਼ਕ ਕੁਫਾਰ ਦੇ ਕਾਫਰਾਂ ਨੂੰ ਔਰ ਕੁਝ ਖਬਰ ਨਹੀਂ ਮਜ਼ਬ ਇਸਲਾਮ ਵਾਲੀ ਮਮਦ ਬੂਟਿਆ ਵੇਖ ਕੇ ਜ਼ੁਲਫ ਮਾਈ ਔਰ ਖਿੱਚੀ ਅਲਫ ਦੀ ਸ਼ਕਲ ਮੈਲਾਮ ਵਾਲੀ ਤਾਰੇ ਰਾਂਗਲੇ ਇਸ਼ਕ ਦੇ ਰੰਗ ਲੱਖਾਂ ਉਹ ਜਿੱਥੋਂ ਵੇਖ ਕੇ ਦੰਗ ਜਾਨ ਹੋਇਆ ਕਿਤੇ ਬੁਲਬਲਾ ਵਾਂਗ ਕਰੇ ਨਾਲੇ ਕਿਤੇ ਫੁੱਲ ਅੰਦਰ ਬੁਸਤਾਨ ਹੋਇਆ ਤੇ ਕਿਤੇ ਜਾਲ ਕੇ ਅੰਗ ਪਤੰਗ ਬਣਦਾ ਕਿਤੇ ਸਾੜ ਸਿਰ ਨੂੰ ਸ਼ਮਾਦਾਨ ਹੋਇਆ ਕਿਤੇ ਬੂਟਿਆ ਚਮਕਦਾ ਚੰਨ ਵਾਂਗੂ ਕਿਤੇ ਵਾਂਗ ਚਕੋਰ ਕੁਰਬਾਨ ਹੋਇਆ ਤੇਜ਼ਾਰ ਜ਼ਲਖਾਂ ਦੇ ਆਰ ਰੋਵਾਂ ਉਹ ਯੂਸਫ ਵਾਂਗ ਸੋਨਾ ਵਿੱਚ ਖਾਬ ਮਿਲਿਆ ਇਹ ਲਾਇਆ ਨਿਊ ਸੀ ਸੁੱਖ ਆਰਾਮ ਕਾਰਨ ਅੱਥੋਂ ਦੁੱਖ ਤੇ ਦਰਦ ਆਜ਼ਾਬ ਮਿਲਿਆ ਤੇ ਲੱਦੀ ਸਾਰ ਨਾ ਯਾਰ ਦੇ ਵਾਂਗ ਸੱਸੀ ਮਾਰੀ ਹੋਸ਼ ਜਾਂ ਸ਼ਜਾਮ ਸ਼ਰਾਬ ਮਿਲਿਆ ਮਮਦ ਬੂਟਿਆ ਰੋਂਦਿਆਂ ਉਮਰ ਗੁਜ਼ਰੀ ਉਹ ਕਿਆ ਦਰੋਂ ਨਸੀਬ ਖਰਾਬ ਮਿਲਿਆ ਜ਼ੈਨ ਅਸਲਮ ਅੱਗੇ ਮੀਆਂ ਮਮਦ ਬੂਟਾ ਲਿਖਦਾ ਅਸੀਨ ਸੋਹਣਿਆ ਤੂੰ ਕੁਰਬਾਨ ਜਾਈਏ ਤੇ ਕਰ ਸੋਹਣੇ ਨੈਣ ਜਨਾਦੜੇ ਨੀ ਜਲਵਾ ਲਾਲਾ ਤੁਲ ਕਦਰ ਦੇ ਨੂਰ ਵਾਲਾ ਉਹ ਕਾਲੀ ਜ਼ੁਲਫ ਤੀ ਪੇ ਵਖਾਂਦੜੇ ਨੀ ਤੇ ਦਿਸਣ ਦੂਰ ਥੀ ਨੇੜਿਓਂ ਆ ਜਾਨੀ ਉਹ ਰਾਤ ਦਿਲਾਂ ਦੇ ਵਿੱਚ ਬਣਾਂਦੜੇ ਨੀ ਸ਼ਾਹ ਰਗ ਥੀ ਬੂਟਿਆ ਯਾਰ ਨੇੜੇ ਉਹ ਟੂੰਡਣ ਲੋਕ ਕਿਉਂ ਜੰਗਲੀ ਜਾਂਦੜੇ ਨੀ ਤੇ ਸਵਾਦ ਸਬਰ ਨਹੀਂ ਆ ਬਾਜ ਸੋਹਣੇ ਉਹ ਗੁਜ਼ਰੇ ਰੋਂਦਿਆਂ ਰਾਤ ਅਜ਼ਾਬ ਵਾਲੀ ਉਹ ਜਲੀ ਜਾਨ ਫਰਾਕ ਦੀ ਅੱਗ ਅੰਦਰ ਉਹ ਆਵੇ ਸੀਨਿਓਂ ਬੂ ਕਬਾਬ ਵਾਲੀ ਤੇ ਨਾਰੇ ਨਿਕਲਦੇ ਦਰਦ ਦੇ ਦਿਲੇ ਵਿੱਚੋਂ
ਉਹ ਲੱਗੀ ਕਾਤ ਇਸ ਇਸ਼ਕ ਕਸਾਬ ਵਾਲੀ ਛੁੱਟੇ ਬੂਟਿਆ ਤਦੋਂ ਇਹ ਜਾਨ ਗਮ ਥੀ ਓਵੇ ਮਿਹਰਬਾਨ ਪਾਕ ਜਨਾਬ ਵਾਲੀ ਤੇ ਜ਼ਵਾਦ ਜ਼ਮਨ ਗਮਾਂ ਦਾ ਕੌਣ ਆਵੇ ਆ ਯਾਰ ਦਰਦੀ ਸੋ ਵੀ ਨਸ ਗਿਆ ਉਹ ਨਾ ਹੀ ਬੰਦਗੀ ਪਈ ਕਬੂਲ ਮੇਰੀ ਉਹ ਸਜਦੇ ਕਰਦਿਆਂ ਮੱਥੜਾ ਕਸ ਗਿਆ ਤੇ ਡਿੱਠਾ ਯਾਰ ਮੈਂ ਬੇਪਰਵਾਹ ਸੋਹਣਾ ਉਹ ਸਾਨੂੰ ਰੋਂਦਿਆਂ ਵੇਖ ਕੇ ਹੱਸ ਗਿਆ ਕਿਤੇ ਬੂਟਿਆ ਲੱਖ ਤੇ ਹਜ਼ਾਰ ਤਰਲੇ ਉਹ ਜਾਨੀ ਇੱਕ ਨਾ ਦਿਲੇ ਦੀ ਦੱਸ ਗਿਆ ਥੇ ਤੋਏ ਤਾਲ ਬਿਸ਼ਕਦੇ ਬਣੇ ਜਿਹੜੇ ਉਹ ਜਾੜ ਦਿਲ ਥੀ ਬੈਠ ਰਹੇ ਉਹ ਤਾਂ ਉਹ ਤਸਬੀਆਰ ਪਰੋ ਕੇ ਅੰਜੂਆਂ ਦੀ ਜਪਣ ਨਾਮ ਮਹਿਬੂਬ ਦਾ ਪੇ ਉਹ ਤਾਂ ਤੇ ਮੋਤੀ ਬੂੰਦ ਦਰਿਆ ਦੇ ਸਦਫ ਵਾਂਗੂ ਡੁੱਬ ਇਸ਼ਕ ਦਰਿਆ ਵਿੱਚ ਗਏ ਉਹ ਤਾਂ ਇਹ ਖਾਤਰ ਯਾਰ ਦੀ ਬੂਟਿਆ ਥੀਣ ਕਾਫਰ ਉਹ ਲੱਗਣ ਮੂਲ ਨਾ ਕਿਸੇ ਦੇ ਕੇ ਉਹ ਤਾਂ ਆਦਮ ਸੁਣਦਾ ਪਿਆ ਮੁਮਤਾਜ਼ ਅੱਗੇ ਮੀਆਂ ਮੁਹੰਮਦ ਬੂਟਾ ਲਿਖਦਾ ਅਜ਼ੁਲਫਕਾਰ ਤੁਸੀਂ ਵੀ ਸੁਣਦੇ ਹੋ ਨਾ ਤਾਗਨ ਗਮ ਰਹਿੰਦਾ ਨਿਤ ਆਸ਼ਕਾਂ ਨੂੰ ਉਹ ਮਾਸ਼ੂਕ ਨਾਰਾਜ਼ ਨਾ ਆਉਣ ਪੈ ਨਫਰਾਂ ਵਾਂਗ ਮਹਿਬੂਬਾਂ ਦੇ ਪੈਰ ਫੜ ਕੇ ਉਹ ਪਾਣੀ ਅੱਖੀਆਂ ਦੇ ਨਾਲ ਧੋਣ ਪਏ ਤੇ ਸ਼ਮਾ ਸਮਝ ਮਸ਼ੂਕ ਦਾ ਮੁੱਖ ਆਸ਼ਕ ਉਹ ਗਿਰਦੇ ਵਾਂਗ ਪਤੰਗ ਦੇ ਪੌਣ ਪਏ ਇਹ ਲੱਗੇ ਬੂਟਿਆ ਜਿਨ੍ਹਾਂ ਨੂੰ ਤੀਰ ਬਰੂ ਉਹ ਤੇ ਰਾਤ ਦਿਨ ਦਰਦ ਥੀ ਰੋਣ ਪਏ ਫਜਰ ਦੇ ਵਕਤ ਬਖੇਰੂਆਂ ਦੀ ਜਿਹੜਾ ਸਵੇਰੇ ਉੱਠ ਕੇ ਬਾਹਰ ਫਿਰਦਾ ਟੁਰਦਾ ਉਹਨੂੰ ਪਤਾ ਲੱਗਦਾ ਵੀ ਸਵੇਰੇ ਪਖੇਰੂ ਜਿਹੜੇ ਨੇ ਉਹ ਕੀ ਬੋਲੀਆਂ ਬੋਲਦੇ ਨੇ ਅਤੇ ਕੈਸਾ ਸਮਾਂ ਹੁੰਦਾ ਜਿਹੜਾ ਦੁਪਹਿਰੀ ਉੱਠੇ ਉਹਨੂੰ ਤਾਂ ਨਹੀਂ ਨਾ ਕੋਈ ਪਤਾ ਸੁਬਹਾ ਸਵੇਰੇ ਉੱਠ ਕੇ ਅਤੇ ਜਿਸ ਵੇਲੇ ਸੁਣੀਆਂ ਪਖੇਰੂਆਂ ਦੀਆਂ ਆਵਾਜ਼ਾਂ ਦਿਲ ਨੂੰ ਸਕੂਨ ਆ ਜਾਂਦਾ ਆਪੋ ਆਪਣੇ ਜ਼ਿਕਰ ਕਰਦੇ ਨੇ ਪਿਓ ਵੀ ਫੇਰ ਫਜਰ ਦੇ ਵਕਤ ਬਖੇਰੂਆਂ ਦੀ ਉਹ ਆਵੇ ਮਸਤ ਆਵਾਜ਼ ਅਰਦਾ ਸਾਨੂੰ ਉੱਡ ਬੁਲਬਲੇ ਬਾਗ ਨੂੰ ਜਾ ਜਲਦੀ ਉਹ ਲਿਆ ਕੇ ਗੁੱਲ ਦੀ ਗੱਲ ਸੁਣਾ ਸਾਨੂੰ ਤੇ ਮਸਤ ਮੁਸ਼ਕ ਮਸ਼ੂਕ ਦੀ ਜ਼ੁਲਫ ਵਿੱਚੋਂ ਪਈ ਆਮ ਦੀ ਨਾਲ ਆਵਾਜ਼ ਸਾਨੂੰ ਉਹ ਕਲੀਆਂ ਖਿਲੀਆਂ ਬੂਟਿਆ ਬਾਗ ਅੰਦਰ ਛਾਲਾ ਮਿਲੇ ਮਾਲੀ ਉਣਿਆ ਸਾਨੂੰ ਨਵੀਰ ਸਾਹਿਬ ਸੁਣਦੇ ਪਏ ਹੋ ਨਾ ਅੱਜ ਸੈਫੁੱਲਾ ਨਾਜ਼ਮ ਸਾਹਿਬ ਸਾਰੇ ਪੇ ਸੁਣਦੇ ਹੋ ਨਾ ਤੁਹਾਡੇ ਤੀਕਰ ਤਾਂ ਵੀਡੀਓ ਫਿਰ ਪਹੁੰਚਣੀ ਹੋਈ ਨਾ ਜਨਾਬ ਦਸਤਗੀਰ ਨੂੰ ਸਲਾਮ ਕਰਨਾ ਵਾਂ ਅਤੇ ਅੱਗੇ ਮੀਆਂ ਮੁਹੰਮਦ ਬੂਟਾ ਲਿਖਦਾ ਮੀਆਂ ਜੀ ਤੇ ਕਾਫ ਕੈਦ ਹੋਇਆ
ਤੇ ਚੰਗ ਵਿੱਚ ਮੱਝੀਆਂ ਚਾਰਦਾ ਸੀ ਤੇ ਹੁਣ ਵਿੱਚ ਸਮੁੰਦਰਾਂ ਦੇ ਠਾਠੀ ਇਹ ਪਾਣੀ ਤੇ ਅਬਰ ਬਹਾਰ ਦਾ ਸੀ ਉਹ ਬਣ ਕੇ ਅਤਰੁਣ ਬੂਟਿਆ ਪਿਆ ਸ਼ੀਸ਼ੀ ਇਹ ਗੁਲ ਗੁਲਾਬ ਗੁਲਜ਼ਾਰ ਦਾ ਸੀ। ਸਜਾਦ ਸਾਹਿਬ ਸੁਣਦੇ ਹੋ ਪੇ ਜੱਖਣ ਵਾਲੇ ਹੋ ਅੱਗੇ ਮੀਆਂ ਮੁਹੰਮਦ ਬੂਟਾ ਲਿਖਦਾ ਰਾਣਾ ਸਾਹਿਬ ਬਾਜਵਾ ਸਾਹਿਬ ਗੌਰ ਕਰਿਆ ਕਰੋ ਜਰਾ ਤੁਸੀਂ ਗੌਰ ਕਰੋ ਤੇ ਤੁਹਾਨੂੰ ਵੀ ਪੰਜਾਬੀ ਠੀਕ ਠਾਕ ਪਈ ਆਵੇ ਜੀ। ਤਮੀਮ ਮਸਤਿਆ ਪੰਗੜਾ ਵਿੱਚ ਬੇਲੇ ਆ ਰਾਂਝਾ ਮੱਝੀਆਂ ਦਾ ਚਰਵਾਲ ਜਿਹੜਾ ਆਇਆ ਤਹਤ ਆਜ਼ਾਰਿਓ ਚੰਗ ਅੰਦਰ ਉਹ ਚਾਕ ਰੱਖੇ ਆਈ ਰਸਿਆਲ ਜਿਹੜਾ ਉਹਦੀ ਚਾਲ ਤੇ ਮਸਤਿਆ ਚੰਗ ਸਾਰਾ ਉਹ ਗੀਤ ਗਾਮ ਦਾ ਵੰਜਲੀ ਨਾਲ ਜਿਹੜਾ ਉਹ ਚੁਣ ਕੇ ਜਗ ਥੀ ਬੂਟਿਆਈਰ ਲੱਦਾ ਉਹ ਰਾਂਝਾ ਫੁੱਲ ਗੁਲਾਬ ਗੁਲਾਲ ਜਿਹੜਾ। ਕੁੰਦਰ ਸਾਹਿਬ ਨਸ਼ਹਿਰੇ ਆਇਓ ਤੁਸੀਂ ਵੀ ਸੁਣਦੇ ਹੋ ਹੁਣ ਜਵੇਦ ਦਾ ਆਖਰ ਤੇ ਸ਼ੇਰ ਰੱਖਿਆ ਗੌਰ ਕਰਕੇ ਜਰਾ ਸੁਣਿਓ ਤੁਹਾਨੂੰ ਵੀ ਅੱਗੋਂ ਹੀ ਕਿਸੇ ਫਰਮਾਇਸ਼ ਪਾਈ ਹੋਣੀ ਹੈ। ਤੇ ਮੈਂ ਸੁਣਿਆ ਪਿਆ ਦੇਸ ਅੰਦਰ ਤੇ ਕੁਝ ਇਹੋ ਜਿਹੀਆਂ ਮਿਲਣੀਆਂ ਯਾਰੀਆਂ ਨੇ ਉਹ ਇੱਕ ਕੋਠੜੀ ਤੈਨੂੰ ਮਿਲਣੀ ਆ ਰਹਿਣ ਖਾਤਰ ਉਹ ਜਿਹਦੇ ਨਾ ਬੂਵੇ ਨਾ ਬਾਰੀਆਂ ਤਾਂ ਜਿਹੜਾ ਕਹਿੰਦਾ ਸੀ ਮਰਾਂਗੇ ਨਾਲ ਤੇਰੇ ਉਹ ਅੱਜ ਉਹ ਨਾ ਵੀ ਬਾਜ਼ੀਆਂ ਆ ਰਹੀਆਂ ਨੇ ਉਹ ਜਿਹੜੇ ਤਰਸਦੇ ਸਣ ਦੀਦ ਨੂੰ ਦਿਨੇ ਰਾਤੀ ਆਖਰ ਉਹਨਾਂ ਵੀ ਬਾਰੀਆਂ ਮਾਰੀਆਂ ਤੇ ਜਾਂਜ ਅੰਜੂਆਂ ਦੀ ਟੁੱਕੀ ਆਣ ਵੇੜੇ ਉਹ ਅੰਦਰ ਰੂਹ ਦੀਆਂ ਆਉਣ ਤਿਆਰੀਆਂ ਨੇ ਇਹ ਵਾਦਾ ਕੀਤਾ ਸੀ ਯਾਰ ਨਾਲ ਸਾਡੇ ਅਸਾਂ ਖੂਬ ਨਿਭਾਣੀਆਂ ਯਾਰੀਆਂ ਤੇ ਜਦ ਬਾਗ ਵਿੱਚ ਖਿਜ਼ਾਨ ਵਾਲ ਖੋਲੇ ਉਹ ਪੰਛੀ ਉੱਡ ਗਏ ਮਾਰ ਉਡਾਰੀਆਂ ਨੇ ਕਿਸੇ ਚੱਲਿਆ ਨਾ ਕੋਈ ਪੇਸ਼ ਚੱਲੀ ਉਹ ਬਾਵਾਂ ਮੌਤ ਨੇ ਜਦ ਖਿਲਾਰੀਆਂ ਤੇ ਤੁਰ ਗਏ ਸੁਨੇ ਦੇਸ ਨੂੰ ਚੁੱਪ ਕਰਕੇ ਉਹ ਵਾਜਾਂ ਪਿਆ ਨੇ ਜਦ ਮਾਰੀਆਂ ਨੇ ਉਹ ਚਿੱਟੀ ਪਾ ਪੁਸ਼ਾਕ ਸੀ ਘਰੋਂ ਚੱਲੀ ਉਹ ਜਿੱਥੇ ਬੈਠ ਉਮਰਾਂ ਗੁਜ਼ਾਰੀਆਂ ਨੇ ਤੇ ਰਲ ਮਾਪਿਆਂ ਦੇ ਨਾਲ ਵੀਰ ਰੋਵਣ ਉਹ ਨਾਲ ਰੋਵਣ ਸਹੇਲੀਆਂ ਸਾਰੀਆਂ ਨੇ ਉਹ ਪਹਿਲੀ ਰਾਤ ਪਰਦੇਸ ਵਿੱਚ ਆਈ ਉਹ ਜਦ ਡਿੱਠੀਆਂ ਮੰਜ਼ਲਾਂ ਭਾਰੀਆਂ ਨੇ ਤੇ ਕੁੰਡ ਚੁੱਕ ਕੇ ਪੁੱਛਣਾ ਫੇਰ ਸਾਈਆਂ ਹਾਜੀ ਸਾਹਿਬ ਉੱਥੇ ਸਵਾਲ ਜਵਾਬ ਹੋਣੇ ਨੇ ਮਨ ਰੱਬੋ ਕਾ ਮਨ ਦੀਨੋ ਕਾ
ਅੱਲਾ ਪਾਕ ਖੈਰ ਕਰੇ। ਆ ਕੁੰਡ ਚੁੱਕ ਕੇ ਪੁੱਛਣਾ ਫੇਰ ਸਾਈਆਂ, ਉਹ ਦੱਸ ਕਿੱਥੇ ਬੈਠ ਰਾਤਾਂ ਗੁਜ਼ਾਰੀਆਂ ਨੇ, ਉਹ ਮਮਦ ਬੂਟਿਆ ਝੂਠਾ ਹੀ ਜੱਗ ਸਾਰਾ, ਉਹ ਮਦੀਨੇ ਵਾਲੇ ਦੀਆਂ ਸੱਚੀਆਂ ਯਾਰੀਆਂ ਨੇ, ਮਮਦ ਬੂਟਿਆ ਝੂਠਾ ਹੀ ਜੱਗ ਸਾਰਾ, ਉਹ ਮਦੀਨੇ ਵਾਲੇ ਦੀਆਂ ਸੱਚੀਆਂ ਯਾਰੀਆਂ।